ਤੁਹਾਡਾ ਸਵਾਗਤ ਹੈ ਸਾਡੇ ਚੈਨਲ ਗਰੋਇੰਗ ਟੂਗੈਦਰ 'ਤੇ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹਨ। ਉਹਨਾਂ ਦਾ ਨਾਮ ਤੁਸੀਂ ਅਕਸਰ ਹੀ ਨਿਊਜ਼ ਪੇਪਰ ਦੇ ਵਿੱਚ ਸੁਣਿਆ ਹੋਏਗਾ, ਦੇਖਿਆ ਹੋਏਗਾ। ਉਹਨਾਂ ਨੂੰ ਉਹ ਲੋਕ ਸੇਵਾ ਦੇ ਵਿੱਚ ਕਾਫੀ ਕੁਛ ਕਰ ਚੁੱਕੇ ਹਨ। ਉਹਨਾਂ ਦਾ ਨਾਮ ਹੈ ਪ੍ਰੇਮ ਸਿੰਘ ਚੱਕੀ ਵਾਲੇ। ਸਤਿ ਸ਼੍ਰੀ ਅਕਾਲ ਜੀ ਪ੍ਰੇਮ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ। ਅੱਜ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਹਾਂ ਵੀ ਲੋਕਾਂ ਨੂੰ ਵੀ ਤੁਹਾਡੇ ਬਾਰੇ ਪਤਾ ਲੱਗੇ ਕਿ ਵੀ ਤੁਸੀਂ ਪ੍ਰੇਮ ਸਿੰਘ ਚੱਕੀ ਵਾਲੇ ਹੈ ਜੋ ਕਾਫੀ ਦੇਰ ਤੋਂ ਤੁਸੀਂ ਸੇਵਾ ਕਰ ਰਹੇ ਹੋ, ਲੋਕ ਸੇਵਾ ਕਰ ਰਹੇ ਹੋਗੇ। ਤੁਸੀਂ ਇੱਕ ਸੰਸਥਾ ਦੇ ਵਿੱਚ ਵੀ ਕੰਮ ਕੀਤਾ, ਮਾਨਵ ਸੇਵਾ ਕਲੱਬ ਵਿੱਚ ਕੰਮ ਕੀਤਾ। ਹਾਂਜੀ, ਤੁਸੀਂ ਇਹ ਤੁਹਾਡੀ ਭਾਵਨਾ ਕਿੱਥੋਂ ਜਾਗੀ, ਤੁਹਾਨੂੰ ਲੋਕ ਸੇਵਾ ਕਰਨ ਦੀ ਭਾਵਨਾ ਤੁਹਾਡੇ ਕਿੱਥੋਂ ਪੈਦਾ ਹੋਈ? ਅਸੀਂ 2000 ਸੰਨ ਦੇ ਕਰੀਬ ਕਲੱਬ ਬਣਾਈ ਸੀ, ਮਾਨਵ ਸੇਵਾ ਵੈਲਫੇਅਰ ਕਲੱਬ। ਉਹਦੇ ਵਿੱਚੋਂ ਬਲੱਡ ਡੋਨਰ ਬਣੇ ਸੀ ਪਹਿਲਾਂ। ਉੱਥੋਂ ਭਾਵਨਾ ਬਣੀ ਕਿ ਲੋਕਾਂ ਨੂੰ ਵੀ ਹਰ ਇੱਕ ਸਹੂਲਤ ਦੇਈਏ, ਬਲੱਡ ਨੇ ਕਰਵਾਈਏ। ਪਹਿਲਾਂ ਆਪ ਦਿੰਦੇ ਸੀ ਬਲੱਡ ਅਸੀਂ, ਫਿਰ ਅਸੀਂ ਅੱਖਾਂ ਦੇ ਕੈਂਪ ਲਾਏ, ਫਿਰ ਅਸੀਂ ਹੋਰ ਦੇਖਿਆ ਵੀ ਸਮਾਜ ਦੇ ਵਿੱਚ ਕਈ ਅਹੁਦੇਦਾਰ ਬਣੇ ਹੋਏ ਐਮ ਸੀ, ਪਰ ਲੋਕਾਂ ਨੇ ਉਹਨਾਂ ਨੂੰ ਚੁਣ ਲਿਆ, ਕੰਮ ਨਹੀਂ ਕਰ ਰਹੇ ਉਹ ਪੂਰਾ। ਕਈਆਂ ਖਿਆਲਾਂ ਦੇ ਵਿੱਚ ਜਿਵੇਂ ਹੁਣ ਬਜ਼ੁਰਗ ਆ, ਉਹਨਾਂ ਦੀ ਪੈਨਸ਼ਨ ਲਵਾਉਣੀ, ਉਹ ਵਿਚਾਰੇ ਭੜਕਦੇ ਆ, ਕੋਈ ਕਿਤੇ ਜਾਂਦਾ, ਪਟਵਾਰਖਾਨੇ ਨਹੀਂ ਸਾਈਨ ਹੁੰਦੇ, ਕਮੇਟੀ ਘਰ ਜਾਂਦੇ ਆ। ਫਿਰ ਉਹ ਅਸੀਂ ਚੱਕ ਲਿਆ ਵੀ ਉਹਨਾਂ ਨੂੰ ਅਸੀਂ ਘਰ ਬੈਠੇ ਸਾਰੀਆਂ ਰਿਪੋਰਟਾਂ ਕਰਾ ਕੇ, ਸਿਰਫ ਉਹਨਾਂ ਨੇ ਫਾਰਮ ਜਮ੍ਹਾਂ ਕਰਾਉਣੇ ਆ, ਏ ਟੂ ਜੈਡ ਰਿਪੋਰਟਾਂ ਕਰਵਾ ਕੇ, ਐਮ ਸੀ ਦੀਆਂ ਐਰਾ ਵਗੈਰਾ, ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰਕੇ ਪੈਨਸ਼ਨ ਲਗਵਾਉਂਦੇ ਹਾਂ। ਜੇ ਕਿਸੇ ਦਾ ਕੋਈ ਆਧਾਰ ਕਾਰਡ ਦਾ ਕੋਈ ਮਸਲਾ ਹੈਗਾ ਵੀ ਉਹ ਡਰੈਸ ਚੇਂਜ ਕਰਾਉਣਾ ਪ੍ਰੋਬਲਮ ਆਉਂਦੀ, ਉਹ ਹੱਲ ਕਰਦੇ ਹਾਂ। ਬਲੱਡ ਡੋਨੇਟ ਕਰਾਉਣੇ ਆ, ਹੋਰ ਕਈ ਸਮਾਂ ਜਿਵੇਂ ਬੱਸ ਸੇਵਾ ਦੇ ਪਾਸ ਚੱਲ ਰਹੇ ਆ ਬਿਰਧ ਔਰਤਾਂ ਦੇ, ਉਹ ਅਸੀਂ ਆਪ ਹੀ ਸਾਰਾ ਮਟੀਰੀਅਲ ਛਪਾਇਆ ਹੋਇਆ, ਕਿਸੇ ਦਾ ਕੋਈ ਪੈਸਾ ਨਹੀਂ ਲੈਂਦੇ, ਫਰੀ ਕੰਮ ਕਰਦੇ। ਇਹ ਭਾਵਨਾ ਤੁਹਾਡੇ ਅੰਦਰ ਹੀ ਕਿੱਥੋਂ ਪੈਦਾ ਹੋਈ, ਵੀ ਤੁਹਾਨੂੰ ਕਿਵੇਂ ਲੱਗਿਆ ਕਿ ਵੀ ਸਾਨੂੰ ਇਹ ਕੰਮ ਕਰਨੇ ਚਾਹੀਦੇ ਹਨ? ਉਹ ਇਸ ਤਰ੍ਹਾਂ ਹੀ ਜਦੋਂ ਬਲੱਡ ਨਾਲ ਦਿੱਤਾ, ਜਿਵੇਂ ਕੋਈ ਮਰੀਜ਼ ਚੰਗਾ ਹੋ ਗਿਆ, ਸਾਨੂੰ ਦਿਲ ਨੂੰ ਖੁਸ਼ੀ ਜਿਹੀ ਮਹਿਸੂਸ ਹੋਈ। ਹੁਣ ਐਂ ਜਿਹਾ ਲੱਗਦਾ ਵੀ ਕਿਸੇ ਦਾ ਭਲਾ ਕਰੀਏ, ਅਤੇ ਜੇ ਅਸੀਂ ਇੱਕ ਦੋ ਦਿਨ ਕੰਮ ਨਾ ਕਰੀਏ, ਮੰਨ ਲਾ ਕਿਸੇ ਦਾ ਫਾਰਮ ਨਹੀਂ ਭਰਦੇ, ਤਾਂ ਅਜੀਬ ਜਿਹਾ ਲੱਗਦਾ ਵੀ ਯਾਰ ਅੱਜ ਕੁਛ ਕੀਤਾ ਹੀ ਨਹੀਂ, ਇੰਨੇ ਹਫ਼ਤੇ ਦਾ ਕੋਈ ਕੰਮ ਹੀ ਨਹੀਂ ਕਰਿਆ। ਹੈ ਜਦੋਂ ਕਰਦੇ ਹਾਂ, ਜੇ ਕਰਦੇ ਹਾਂ, ਸਾਨੂੰ ਇੱਕ ਨਸ਼ਾ ਹੀ ਮਹਿਸੂਸ ਹੁੰਦਾ, ਜਿਵੇਂ ਕੋਈ ਕਿਸੇ ਬੰਦੇ ਨੂੰ ਕਿਸੇ ਚੀਜ਼ ਦਾ ਨਸ਼ਾ ਹੁੰਦਾ, ਸਾਨੂੰ ਇਹ ਸੇਵਾ ਭਾਵਨਾ ਦਾ ਨਸ਼ਾ ਲੱਗ ਗਿਆ ਹਿਸਾਬ ਨਾਲ। ਜੇ ਅਸੀਂ ਨਹੀਂ ਕਰਦੇ ਤਾਂ ਸਾਨੂੰ ਉਹ ਨਸ਼ਾ ਜਿਹਾ ਅਧੂਰਾ ਜਿਹਾ ਲੱਗਦਾ ਵੀ ਅੱਜ ਯਾਰ ਸੇਵਾ ਨਹੀਂ ਕੀਤੀ ਅਸੀਂ, ਜਾਂ 15 ਦਿਨ ਤੋਂ ਕੋਈ ਗਤੀਵਿਧੀ ਨਹੀਂ ਕੀਤੀ, ਲੋਕ ਭਲਾਈ ਦਾ ਕੰਮ ਨਹੀਂ ਕੀਤਾ। ਜਦੋਂ ਕਰ ਲਈਏ ਤਾਂ ਸਾਨੂੰ ਬਹੁਤ ਇੱਕ ਸਰੂਰ ਜਿਹਾ ਅਤੇ ਨਸ਼ਾ ਜਿਹਾ ਮਹਿਸੂਸ ਹੁੰਦਾ, ਦਿਲ ਨੂੰ ਬਹੁਤ ਸਕੂਨ ਜਿਹਾ ਮਹਿਸੂਸ ਹੁੰਦਾ ਵੀ ਅਸੀਂ ਕੁਛ ਕਰ ਰਹੇ ਹਾਂ। ਅਸੀਂ ਆਪਦੇ ਕੰਮ ਦੇ ਰੁਝੇਵਿਆਂ 'ਚੋਂ ਟਾਈਮ ਕੱਢਦਾ, ਚੱਕੀ ਦਾ ਕੰਮ ਕਰਦਾ ਮੈਂ, ਸੁਬਹਾ ਉੱਠ ਕੇ ਚੱਕੀ ਚਲਾ ਕੇ, ਉਸ ਤੋਂ ਬਾਅਦ 2-4 ਘੰਟੇ ਕੋਸ਼ਿਸ਼ ਕਰਦਾ ਵੀ ਰੋਜ਼ ਹੀ ਕੋਈ ਨਾ ਕੋਈ ਭਲਾਈ ਦਾ ਕੰਮ ਕੀਤਾ ਜਾਵੇ, ਕਿਸੇ ਤਰ੍ਹਾਂ ਦਾ ਵੀ ਹੋਵੇ। ਕਿਸੇ ਦਾ ਕੋਈ ਮੰਨ ਲਾ ਵੀ ਕਿਸੇ ਨੂੰ ਪ੍ਰਬੰਧ ਹੈ ਨਹੀਂ ਖਾਣ ਪੀਣ ਦਾ, ਉਹਦਾ ਚੱਲ ਕਿਸੇ ਕਲੱਬ ਨੂੰ ਕਹਿ ਕੇ ਉਹਦਾ ਰਾਸ਼ਨ ਦਾ ਅਰੇਂਜਮੈਂਟ ਕਰਵਾ ਦਈਏ। ਸਾਡੇ ਨਾਲ ਮੇਰੇ ਨਾਲ 2 ਸਾਥੀ ਆ, ਅਸੀਂ ਇਹੀ ਉਹਨਾਂ ਦੇ ਵੀ ਇਹੀ ਹੁੰਦੇ ਪਰਮਿਸ਼ਨ ਲੈ ਕੇ ਆਉਣੀ ਵੀ ਯਾਰ ਫਲਾਣੀ ਥਾਂ 'ਤੇ ਆ ਘਾਟ ਆ, ਤਾਂ ਅਸੀਂ ਉੱਥੇ ਜਾ ਵੜਦੇ ਹਾਂ। ਉੱਥੇ ਫਾਰਮ ਦੀ ਕੋਈ ਹੋਵੇ, ਕਿਸੇ ਵੀ ਤਰ੍ਹਾਂ ਦਾ ਕਿਸਮ ਹੋਵੇ, ਤਾਂ ਕੋਸ਼ਿਸ਼ ਕਰਦੇ ਹਾਂ ਕੀਤਾ ਜਾਵੇ। ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿੱਥੋਂ ਕੁ ਤੱਕ ਅੱਗੇ ਵਧਣਾ ਚਾਹੁੰਦੇ ਹੋ? ਤੁਸੀਂ ਇਹਨਾਂ ਚੀਜ਼ਾਂ ਨੂੰ ਕਿੰਨਾ ਕੁ, ਤੁਹਾਡੇ ਨਾਲ ਹੋਰ ਵੀ ਸਾਥੀ ਕੰਮ ਕਰਦੇ ਹਨ? ਹਾਂ, ਹੋਰ ਸਾਥੀ ਨਾਲ ਨਾਲ ਜੁੜੇ ਜਾਂਦੇ ਸਾਡੇ ਨਾਲ, ਪ੍ਰੇਰਿਤ ਹੋਈ ਜਾਂਦੇ ਆ ਵੀ ਅਗਲਾ ਕਹਿੰਦਾ ਇਹ ਕੰਮ ਕਰਦਾ ਵਾ, ਤਾਂ ਉਹ ਦੇਖ ਕੇ ਨਾਲ ਜੁੜਦੇ ਆ। ਅਤੇ ਸਾਡਾ ਇਸ ਮਾਮਲੇ ਵਿੱਚ ਕੋਈ ਸਵਾਰਥ ਵਾਲੀ ਗੱਲ ਨਹੀਂ ਹੈਗੀ, ਅਸੀਂ ਇਹ ਨਹੀਂ ਦੇਖਦੇ ਵੀ ਸਾਡਾ ਇਹ ਏਰੀਆ, ਅਸੀਂ ਕਹਿੰਦੇ ਮੋਗੇ 'ਚੋਂ ਆਲ ਓਵਰ ਕੋਈ ਸਾਡੇ ਕੋਲ ਕੰਮ ਕਰਾਵੇ। ਤੁਸੀਂ ਕੁਛ ਵੀ ਇਹ ਕੁਛ ਤੁਸੀਂ ਖਾਸ ਚੀਜ਼ਾਂ ਲੈ ਕੇ ਚੱਲਦੇ ਹੋ ਕਿ ਵੀ ਅਸੀਂ ਕਾਂਗਰਸ ਵਾਲਿਆਂ ਦੀ ਮਦਦ ਕਰਨੀ ਹੈ? ਇਸ ਗੱਲ ਨੂੰ ਯਾਰ ਤੁਸੀਂ ਵੀ ਕਿਸੇ ਪਾਰਟੀ ਨਾਲ, ਤੁਹਾਡਾ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਪਾਰਟੀ ਨਾਲ ਭਾਤ ਭੇਵ ਨਹੀਂ ਕਰਦੇ, ਸਾਡੇ ਕੋਲ ਕੋਈ ਆਵੇ, ਚਲੋ ਉਹ ਸਾਡਾ ਆਪਣਾ ਨਿੱਜੀ ਹੈਗਾ ਮੈਟਰ ਵੀ ਅਸੀਂ ਕਿਸ ਪਾਰਟੀ ਨਾਲ ਜੁੜੇ ਹੋਏ ਹਾਂ, ਉਹ ਇੱਕ ਅਲੱਗ ਚੀਜ਼ ਰੱਖਦਾ ਮੈਂ। ਮੇਰੇ ਕੋਲ ਕੋਈ ਆ ਜਾਵੇ, ਕਿਸੇ ਵੀ ਕਿਸਮ ਦਾ ਬੰਦਾ ਆ ਜਾਵੇ, ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ, ਮੈਂ ਉਹਦਾ ਕੰਮ ਕਰਦਾ। ਜਿੰਨੀ ਕੁ ਮੇਰੇ ਕੋਲ ਹੈਗਾ ਸਰਕਲ, ਜਿੰਨਾ ਕੁ ਮੈਂ ਕਰਾ ਸਕਦਾ, ਉਹਦਾ ਕੋਸ਼ਿਸ਼ ਕਰਦਾ ਕਿ ਉਹਦਾ ਕੰਮ ਫਰੀ ਹੋਵੇ। ਚਲੋ ਆਪਾਂ ਤਾਂ ਇਹ ਕਹਿੰਦੇ ਹੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ। ਮੰਨ ਲਓ ਤੁਹਾਨੂੰ ਕਦੇ ਐਮ ਸੀ ਬਣਨ ਦਾ ਮੌਕਾ ਮਿਲ ਜਾਵੇ, ਤਾਂ ਤੁਸੀਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਕੰਮ ਕਰਨਾ ਚਾਹੋਗੇ, ਜਾਂ ਤੁਸੀਂ ਕਿਹੜੀਆਂ ਕੁਛ ਕਮੀਆਂ ਲੱਗਦੀਆਂ ਜਿਨ੍ਹਾਂ ਨੂੰ ਤੁਸੀਂ ਦੂਰ ਕਰਨਾ ਚਾਹੋਗੇ, ਜੋ ਕਿ ਵੀ ਦੂਸਰੇ ਐਮ ਸੀ ਨਹੀਂ ਕਰ ਰਹੇ, ਉਹਨਾਂ ਨਾਲੋਂ ਵੱਖਰਾ ਤੁਸੀਂ ਕੀ ਕਰਨਾ ਚਾਹੋਗੇ? ਵੱਖਰੀ ਗੱਲ ਤਾਂ ਇਹ ਹੈ ਵੀ ਐਮ ਸੀ ਬਣ ਗਏ ਆ, ਇੱਕ ਤਾਂ ਅੱਜ ਕੱਲ੍ਹ ਐਮ ਸੀ ਜਿਹੜੇ ਬਣ ਗਏ ਉਹਨਾਂ ਨੂੰ ਬੋਰ ਲਾਉਣ 'ਚ ਬੜੀ ਪ੍ਰੋਬਲਮ, ਕੋਈ ਮਾੜੀ ਮੋਟੀ ਕੋਈ ਸਟੈਂਪ ਲਵਾਉਣੀ ਹੋਵੇ ਮਿਲਦੀ ਨਹੀਂ।
ਚਲੋ ਪਰਮਾਤਮਾ ਨੇ ਦਿਆ ਮੈਂ ਇੱਕ ਦਫ਼ਤਰ ਹੀ ਖੋਲ੍ਹ ਦੂੰਗਾ ਵੀ 24 ਘੰਟੇ ਬੰਦਾ ਜਦੋਂ ਮਰਜ਼ੀ ਆਵੇ ਮੋਹਰ ਲਗਾ ਦੇ। ਇਹ ਨਹੀਂ ਹੈਗਾ ਵੀ ਮੇਰਾ ਬਾਹਰ ਖੜਕਾਉਣਾ ਪਊਗਾ ਵੀ ਉਹ ਘਰੇ ਹੈ ਨਹੀਂ ਜਾਂ ਉਹ ਘਰ ਦੇ ਕਹਿਣਗੇ ਬਾਹਰ ਖੋਲ ਕੇ ਵੀ ਹੈ ਨਹੀਂ। ਇਹ ਸਮੱਸਿਆ ਬਹੁਤ ਆ ਰਹੀ ਹੈ ਕਿਉਂਕਿ ਫਿਰ ਮੈਂ ਇਸ ਕਰਕੇ ਮੇਰਾ ਦੋਸਤ ਹੈਗਾ ਮੈਂ ਉਹਨੂੰ ਬੁਲਾ ਕੇ ਇਹ ਵੀ ਕੰਮ ਕਰਾ ਰਿਹਾ ਵੈਸੇ ਵੀ ਜੇ ਕਿਸੇ ਨੂੰ ਪਰੇਸ਼ਾਨੀ ਆਉਂਦੀ ਉਹਨੂੰ ਟਾਈਮ ਦੇ ਦਿੰਦਾ ਵੀ ਯਾਰ ਆਹ ਕਾਗਜ਼ ਮੈਂ ਫੜੇ ਵੇ ਤੂੰ ਸਟੈਂਪਾਂ ਲਾ ਜਾ। ਅਸੀਂ ਇਹ ਕੋਸ਼ਿਸ਼ ਵੀ ਕਰਨਾ ਜੇ ਉਹ ਨਾ ਹੁੰਦਿਆਂ ਹੋਏ ਵੀ ਮੈਂ ਹੋਰ ਦੋਸਤਾਂ ਕੋਲ ਹੈਲਪ ਰਹਿ ਕੇ ਕੰਮ ਕਰਾ ਰਿਹਾ ਇਹ। ਅਤੇ ਮੇਰੀ ਕੋਸ਼ਿਸ਼ ਇਹ ਆ ਵੀ ਕਈ MC ਬਣ ਕੇ ਜਿਵੇਂ ਸੜਕਾਂ ਦਾ ਟੂਪਾਂ ਦਾ ਤਾਂ ਕਰਨਾ ਹੀ ਹੁੰਦਾ ਵਿਕਾਸ, ਹੋਰ ਬੜੇ ਮੁੱਦੇ ਆ ਵੀ ਲੋਕ ਬੜੇ ਪਰੇਸ਼ਾਨ ਆ, ਕਿਸੇ ਦੀ ਵੋਟ ਕਾਰ ਨਹੀਂ ਹੈਗੇ, MC ਗੌਰ ਨਹੀਂ ਕਰ ਰਹੇ, ਕਿਸੇ ਦਾ ਕੋਈ ਨੀਲਾ ਕਾਰਡ ਬਣ ਜਾਊਗਾ ਉੱਧਰ ਨਹੀਂ ਹੈਲਪ ਕਰ ਰਹੇ, ਇੱਥੋਂ ਤੱਕ ਕਿ MC ਨੂੰ ਫਾਰਮ ਭਰਨਾ ਵੀ ਨਹੀਂ। ਕੀ ਕਹਿ ਸਕਦੇ ਕਿ ਵੀ ਪੜ੍ਹੇ ਲਿਖੇ ਨਾ ਹੋਣ ਕਰਕੇ ਆਪਣਾ ਸਮਾਜ ਹੈ ਜਿਹੜਾ ਵੀ ਇੱਕ ਇਹ ਵੀ ਹੈਗਾ ਵੀ ਬੜੀ ਪਰੇਸ਼ਾਨੀ ਵੀ ਰਿਜ਼ਰਵੇਸ਼ਨ ਹੋ ਲੱਗੀ ਹੈ SC ਕੋਟੇ ਵਿੱਚ ਕਰਕੇ। ਹੁਣ ਮੰਨ ਲਓ 25 ਵਾਰਡ ਦੀ ਲਾ ਲਓ, ਮੈਂ 13 ਸਾਲ ਤੋਂ ਕੰਮ ਕਰ ਰਿਹਾ, ਮੇਰਾ ਜਿਹੜਾ ਏਰੀਆ ਇਹ ਰਿਜ਼ਰਵ 'ਚ ਆ ਜਾਂਦਾ, ਇਸ ਕਰਕੇ ਜਿਹੜੀ ਗੌਰਮੈਂਟ ਦੀਆਂ ਜਿਹੜੀਆਂ ਰਿਜ਼ਰਵੇਸ਼ਨ ਦੀਆਂ ਨੀਤੀਆਂ ਕਾਬਲ ਬੰਦਿਆਂ ਨੂੰ ਅੱਗੇ ਨਹੀਂ ਆਉਣ ਦੇ, ਕਿਉਂਕਿ ਇਹ ਸਭ ਪੋਲਿਟਿਕਸ ਖੇਡੀ ਜਾ ਰਹੀ ਹੈ ਵਿੱਚ ਹੈ ਵੀ ਜਿਹੜਾ ਬੰਦਾ ਕਾਬਲ ਆ ਪੜ੍ਹਿਆ ਲਿਖਿਆ ਮਜਬੂਰੀ ਬਣ ਜਾਂਦੀ ਹਰੇਕ ਪਾਰਟੀ ਦੀ ਵੀ ਉੱਥੇ ਕੋਈ ਕੈਂਡੀਡੇਟ ਹੀ ਹੈ ਨਹੀਂ SC ਪੜ੍ਹਿਆ ਲਿਖਿਆ, ਫਿਰ ਉਹ ਜਿਹੇ ਬੰਦੇ ਨੂੰ ਟੈਂਟ ਦੇ ਦਿੰਦੇ ਆ ਵੀ ਜਿਹੜਾ ਬੰਦਾ ਹੀ ਕੋਰਾ ਵਾ ਉਹ ਕੀ ਕਰੂ, ਲੋਕਾਂ ਦਾ ਕੀ ਫਾਰਮ ਭਰੂ, ਕੀ ਕਿਸੇ ਨੂੰ ਕੋਈ ਚਾਨਣਾ ਪਾਊ ਕਿਸੇ ਬਾਰੇ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਵੀ MC ਤਕਰੀਬਨ ਕੰਮ ਨਹੀਂ ਕਰਦੇ ਹੈਗੇ, ਜਿਵੇਂ ਕਿ ਵੀ ਆਪਾਂ ਦੇਖਦੇ ਹਾਂ ਸੜਕਾਂ ਦੇ ਕੰਮ ਨਹੀਂ ਹੁੰਦੇ ਹੈਗੇ ਜਾਂ ਸੀਵਰੇਜ ਦੀ ਕਾਫੀ ਪ੍ਰੋਬਲਮ ਆਉਂਦੀ ਆ, ਤੁਸੀਂ ਇਹਨਾਂ ਚੀਜ਼ਾਂ ਬਾਰੇ ਤੁਹਾਡਾ ਕੀ ਵਿਚਾਰ ਆ, ਅੱਗੇ ਤੁਸੀਂ ਕੀ ਕਰਨਾ ਚਾਹੋਗੇ ਇਹਨਾਂ ਬਾਰੇ? ਮੇਰਾ ਵਿਚਾਰ ਹੈ ਵੀ ਜੇ ਕੋਈ ਮੈਂ ਚਾਂਸ ਰੱਬ ਜੇ ਪਬਲਿਕ ਨੇ ਮੇਰਾ ਸਾਥ ਦਿੱਤਾ ਜੇ ਮੈਂ ਬਣਦਾ ਤਾਂ ਇਹ ਪਹਿਲ ਦੇ ਆਧਾਰ 'ਤੇ ਕਰੂੰਗਾ, ਸੀਵਰੇਜ ਲਾਈਟਾਂ ਦੇ ਜੋ ਵੀ ਹੈਗੇ, ਪਾਣੀ ਪੀਣ ਵਾਸਤੇ ਵੀ ਲੋਕਾਂ ਨੂੰ ਪਰੇਸ਼ਾਨ ਆ ਰਹੀ ਹੈ, ਕੋਈ ਮਾੜਾ ਪਾਣੀ ਲੈ ਲਿਆ ਉਹ ਕੋਈ ਗੌਰ ਹੀ ਨਹੀਂ ਕਰ ਰਿਹਾ, ਕੰਪਲੇਂਟ ਕਰ ਰਹੇ ਆ, ਕੋਈ ਸੁਣਵਾਈ ਹੈ ਪਾਣੀ ਦੀ ਤਾਂ ਬਹੁਤ ਜ਼ਿਆਦਾ ਦਿੱਕਤ ਵਿੱਚ ਹੈ ਨਾ। ਨਗਰ ਨਿਗਮ ਵਿੱਚ ਸਭ ਕੁਛ ਹੈਗਾ, ਜਿਹੜੇ ਬੰਦੇ ਇਹਨਾਂ ਨੂੰ ਨੁਮਾਇੰਦੇ ਚੁਣਿਆ ਨਾ ਇਹ ਉਸ ਗੱਲ 'ਤੇ ਪਹਿਰਾ ਨਹੀਂ ਦੇ ਰਹੇ, ਕੋਈ ਪ੍ਰੋਬਲਮ ਆ ਅੱਜ ਜੇ ਮੰਨ ਲਾ ਵੀ ਕੋਈ ਇਹਨਾਂ ਨੂੰ ਸੀਵਰੇਜ ਦੀ ਕੰਪਲੇਂਟ ਲਿਖਾ ਦਿੰਦਾ ਫੋਨ 'ਤੇ ਲਿਖਾ ਤੀ, ਉੱਥੇ ਜਾ ਕੇ ਸੀਵਰੇਜ ਇੰਸਪੈਕਟਰ ਨੂੰ ਮਿਲਣ ਜੇ ਅੱਜ ਨਹੀਂ ਕਰਦਾ, ਦੋ ਦਿਨ ਕਹਿਣ ਪਹਿਰਾ ਦੇਣ ਦੀ ਲੋੜ ਆ ਵੀ ਇਹ MC ਬਣ ਗਏ ਆ, ਪਹਿਰਾ ਨਹੀਂ ਦੇ ਰਹੇ ਕੰਮ ਦੇ ਕਰਨਾ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਅੱਗੇ ਇਹਨਾਂ ਨੂੰ ਜੇ ਲੋਕਾਂ ਨੇ ਪਾਵਰ ਦੇਣੀ ਆਪਣੀ ਪਾਵਰ ਨਹੀਂ ਵਰਤ ਰਹੇ, ਠੀਕ ਹੈ ਜੀ, ਕਿਉਂਕਿ ਆਪਦੇ ਰੁਝੇਵਿਆਂ 'ਚ ਪਏ ਲੋਕਾਂ ਨੇ, ਜੇ ਤੁਹਾਨੂੰ ਨੁਮਾਇੰਦਾ ਚਾਹੁੰਦਾ ਉਹਨਾਂ ਦੀ ਸਮੱਸਿਆ ਜਾਓ ਹੱਲ ਕਰਾਓ, ਇੱਕਰਾਂ ਨਹੀਂ ਹੁੰਦੀ ਦੁਬਾਰਾ ਜਾਓ, ਇਹਨਾਂ ਦਾ ਸਿਰਫ ਇਹ ਆ ਵੀ ਅਸੀਂ ਬਣ ਗਏ ਇੱਕਰਾਂ ਸਾਨੂੰ ਕੋਈ ਲੋੜ ਆਉਣ, ਕਈਆਂ ਦੀ ਵਰਡਿੰਗ ਅਸੀਂ ਅੱਜ ਬਣ ਗਏ ਦੁਬਾਰਾ ਅਸੀਂ ਬਣਨਾ ਹੀ ਨਹੀਂ ਜੀ, ਅਸੀਂ ਖੜਨਾ ਹੀ ਨਹੀਂ, ਪਹਿਲਾਂ ਕਿਉਂ ਖੜੇ ਇਸ ਕੰਮ ਲਈ? ਤੁਸੀਂ MC ਬਣ, ਪਰਮਾਤਮਾ ਕਰੇ ਅਸੀਂ ਤਾਂ ਚਾਹੁੰਦੇ ਹਾਂ ਕਿ ਵੀ ਤੁਸੀਂ ਜਲਦੀ ਜਲਦੀ MC ਬਣੋ, ਅਤੇ ਤੁਸੀਂ ਕਲੱਬ ਦਾ ਵੀ ਤੁਸੀਂ ਅੱਗੇ ਵਿਕਾਸ ਕਰੋਗੇ ਕਿ ਹਾਂ ਕਲੱਬ ਦੇ ਜੋ ਸਾਡੇ ਕਲੱਬ ਦੇ ਵਿੱਚ ਮਾੜੀ ਜੀ ਚਾਲ ਘਟੀ ਵੀ ਸੀ ਕੰਮ ਕਰਨ ਦੀ, ਸੁਸਤ ਹੋਈ ਸੀ, ਉਹ ਕਲੱਬ ਨੂੰ ਅਸੀਂ ਦੁਬਾਰਾ ਕਰ ਰਹੇ ਹਾਂ, ਅਤੇ ਜਲਦੀ ਅਗਲੇ ਮਹੀਨੇ ਅੱਖਾਂ ਦਾ ਕੈਂਪ ਲਾ ਰਹੇ ਜਿਹਦੇ 'ਚ ਫ੍ਰੀ ਲੈਂਜ ਪਵਾਏ ਜਾਣਗੇ। ਮੈਂ ਸੁਣਿਆ ਜੀ ਤੁਹਾਡੇ ਅੱਖਾਂ ਦੇ ਕੈਂਪ ਦਾ ਕਰਕੇ ਤੁਹਾਨੂੰ ਅੱਗੇ ਕਾਫੀ ਲੋਕ ਤੁਹਾਡੀ ਸੰਸਥਾ ਨੂੰ ਬਹੁਤ ਉਸ ਚੀਜ਼ ਨੂੰ ਬੜਾ ਲਾਈਕ ਕਰਦੇ ਹੋ, ਅਤੇ ਸਾਡੇ ਕੁਛ ਬੰਦੇ ਇਸ 'ਤੇ ਇਸ ਕੰਮ ਦੇ ਬਦੌਲਤ ਚੰਗੇ ਅਹੁਦਿਆਂ 'ਤੇ ਪਹੁੰਚੇ ਆ, ਉਹਨਾਂ ਨੇ ਜਣੀ ਚੰਗੇ ਕੰਮ ਕੀਤੇ ਸੀ ਲੋਕਾਂ ਨੇ ਉਹਨੂੰ ਤਾਂ ਹੀ ਮੌਕਾ ਦਿੱਤਾ, ਅਤੇ ਅਸੀਂ ਉਹ ਕਲੱਬ ਨੂੰ ਦੁਬਾਰਾ ਸਰਗਰਮ ਕਰ ਰਹੇ ਹਾਂ, ਅਤੇ 11ਵੇਂ ਮਹੀਨੇ 'ਚ ਅੱਖਾਂ ਦਾ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ ਜਿੰਨੇ ਮਰਜ਼ੀ ਲੈਣ 'ਚ ਹੋਣ ਫ੍ਰੀ ਪਾਏ ਜਾਣਗੇ, ਕਿਸੇ ਕੋਲ ਕੋਈ ਪੈਸਾ ਨਹੀਂ ਲਿਆ। ਠੀਕ ਹੈ ਜੀ, ਅਸੀਂ ਤਾਂ ਪਰਮਾਤਮਾ ਤੋਂ ਇਹੀ ਚਾਹੁੰਦੇ ਹਾਂ ਵੀ ਤੁਸੀਂ ਵੱਧ ਤੋਂ ਵੱਧ ਤਰੱਕੀ ਕਰੋ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਹਰ ਅਰਦਾਸ ਪੂਰੀ ਮਨੋਕਾਮਨਾ ਪੂਰੀ ਕਰਨ। ਅਸੀਂ ਤੁਹਾਡੇ ਉਹਨਾਂ ਸਾਥੀਆਂ ਨੂੰ ਵੀ ਮਿਲਣਾ ਚਾਹਾਂਗੇ ਜਿਹੜੇ ਤੁਹਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਆ। ਹਾਂ, ਉਹ ਸਾਥੀ ਹੈਗੇ ਮੇਰੇ ਸੁਮਨ ਅਤੇ ਰੂਪਨ ਜੀ, ਠੀਕ ਹੈ, ਬਹੁਤ ਹੈਲਪ ਕਰ ਰਹੇ ਆ। ਟੁਨੀ ਤੁਸੀਂ, ਤੁਹਾਨੂੰ ਤੁਸੀਂ ਪ੍ਰੇਮ ਜੀ ਨੂੰ ਕਿੱਥੇ ਮਿਲੇ? ਸ਼ੁਰੂ ਮਤਲਬ ਸ਼ੁਰੂ ਤੋਂ ਹੀ ਇੱਧਰ ਆਇਓ ਪ੍ਰੇਮ ਜੀ ਨਾਲ। ਅੱਛਾ, ਪ੍ਰੇਮ ਜੀ ਤੋਂ ਵੀ ਤੁਸੀਂ, ਇਹ ਤੁਹਾਡੇ ਸਾਥੀ ਹਨ ਜਿਹੜੇ ਤੁਹਾਡੇ ਨਾਲ, ਅਸੀਂ ਤੁਹਾਡੇ ਇਹਨਾਂ ਸਾਥੀਆਂ ਨਾਲ ਵੀ ਜਾਣ ਪਹਿਚਾਣ ਕਰਨੀ ਚਾਹੁੰਦੇ ਹਾਂ ਜਿਹੜੇ ਤੁਹਾਡੇ ਨਾਲ ਸਹਿਯੋਗ ਦੇ ਰਹੇ ਹਾਂ, ਅਸੀਂ ਇਹਨਾਂ ਨਾਲ ਵੀ ਮਿਲਣਾ ਚਾਹੁੰਦੇ ਹਾਂ, ਇਹਨਾਂ ਦੇ ਵਿਚਾਰ ਵੀ ਸੁਣਨੇ ਚਾਹੁੰਦੇ ਹਾਂ ਵੀ ਉਹਨਾਂ ਦਾ ਕੀ, ਇਹ ਕਿੱਥੋਂ ਕਿਵੇਂ ਪ੍ਰੇਰਿਤ ਹੋਏ ਤੁਹਾਡੇ ਨਾਲ? ਇਸ ਤਰ੍ਹਾਂ ਜਦੋਂ ਅਸੀਂ ਕੈਂਪ ਲਾਉਂਦੇ ਸੀ ਇਹਨਾਂ ਨੂੰ ਬੁਲਾ ਲੈਂਦੇ ਸੀ, ਇਹਨਾਂ ਨੂੰ ਸਾਡੇ ਵੱਲੋਂ ਜਾਂ ਵੇਖ ਕੇ ਲਾ ਲਓ ਪ੍ਰੇਰਿਤਾ ਹੋਈ ਵੀ ਅਸੀਂ ਵੀ ਕੁਛ ਕਰੀਏ, ਇਸ ਕਰਕੇ ਜਦੋਂ ਟਾਈਮ 'ਚੋਂ ਟਾਈਮ ਕੱਢ ਕੇ ਜੋਬ ਕਰਦੇ ਆ, ਜਦੋਂ ਇਹਨਾਂ ਨੂੰ ਅਸੀਂ ਬੁਲਾਉਂਦੇ ਹਾਂ ਇਹ ਸਾਡਾ ਸਹਿਯੋਗ ਦਿੰਦੇ ਆ, ਕੰਮ ਵੀ ਕਰ ਰਹੇ ਆ ਨਾਲ ਹਨੇਰੇ ਸਵੇਰੇ ਜਦੋਂ ਇਹਨਾਂ ਦਾ ਟਾਈਮ ਮਿਲਦਾ ਵਾ, ਜੇ ਸਾਡੇ ਨਾਲ ਸੈਟਿੰਗ ਕਰ ਲੈਂਦੇ ਆ ਵੀ ਅਸੀਂ ਸੁਬਾਹ ਟਾਈਮ ਲਾਵਾਂਗੇ ਅਤੇ ਸਾਡੇ ਨਾਲ ਕੰਮ ਕਰਦੇ ਆ, ਇਹ ਹੈਗੇ ਜੀ ਵਿਪਨ ਜੀ, ਇਹ ਹੈਗੇ ਜੀ ਧੋਨੀ, ਦੋਨੇ ਬੱਚੇ ਬਹੁਤ ਇਸ ਕੰਮ 'ਚ ਇੰਟਰਸਟ ਆ। ਵਿਪਨ ਜੀ, ਤੁਸੀਂ ਕਿੰਨੀ ਕੁ ਦੇਰ ਤੋਂ ਤੁਸੀਂ ਇਹਨਾਂ ਨਾਲ ਜੁੜੇ ਹੋਏ ਹੋ?
ਮੈਂ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਕਲੱਬ ਸਟਾਰਟ ਹੋਈ ਆਪਣੀ ਮਾਨਵ ਸੇਵਾ ਵੈਲਫੇਅਰ ਸਿਟੀ, ਉਦੋਂ ਹੀ ਬਚਪਨ ਤੋਂ ਹੀ ਇਹਨਾਂ ਨਾਲ ਜੁੜਿਆ ਹਾਂ, ਨਾਲ ਹੀ ਸਾਰੀਆਂ ਸੇਵਾਵਾਂ ਨਿਭਾ ਰਿਹਾ ਹਾਂ ਅਤੇ ਜਦੋਂ ਵੀ ਕੰਮ ਚੋਂ ਟਾਈਮ ਇੱਕ ਵਾਰੀ ਜਾਣਨਾ ਚਾਹਵਾਂਗੇ ਜੀ, ਤੁਸੀਂ ਅੱਜ ਕੱਲ੍ਹ ਕੀ ਕਰ ਰਹੇ ਹੋ ਅਤੇ ਨਾਲ ਤੁਸੀਂ ਕਿਵੇਂ ਸੇਵਾ ਨਿਭਾ ਰਹੇ ਹੋ ਇਹਨਾਂ ਨਾਲ ਜੀ? ਅੱਜ ਕੱਲ੍ਹ ਮੈਂ ਜੀਓ ਕੰਪਨੀ ਵਿੱਚ ਨੈਟਵਰਕ ਦੇਖ ਰਿਹਾ ਹਾਂ ਅਤੇ ਜਦੋਂ ਵੀ ਮੈਨੂੰ ਟਾਈਮ ਮਿਲਦਾ ਨਾ ਅਤੇ ਮੈਂ ਪ੍ਰੇਮ ਜੀ ਨਾਲ ਪੂਰਾ ਸਹਿਯੋਗ ਦੇ ਕੇ ਕੰਮ ਕਰਵਾ ਰਿਹਾ। ਜਦੋਂ ਵੀ ਸਵੇਰੇ ਸ਼ਾਮ ਜਦੋਂ ਵੀ 2 ਘੰਟੇ 3 ਘੰਟੇ ਡੇਲੀ ਫਾਰਮ ਭਰਾਉਣ 'ਚ ਨੀਲੇ ਕਾਰਡ ਬੱਸ ਪਾਸ ਸਾਰੇ ਤਰ੍ਹਾਂ ਦੇ ਫਾਰਮ ਨਾਲ ਭਰਾ ਕੇ ਜਾਂਦੇ, ਜਿਵੇਂ ਕਿ ਬਜ਼ੁਰਗਾਂ ਦੀ ਪੈਨਸ਼ਨ ਮੇਨ ਆ, ਜੋ ਵੀ ਕਰਨਾ ਘਰ ਘਰ ਜਾ ਕੇ ਘਰੇ ਜਾ ਕੇ ਉਹਨਾਂ ਦੇ ਫਾਰਮ ਭਰਾਏ ਜਾਂਦੇ। ਬਹੁਤ ਵਧੀਆ ਲੱਗਿਆ ਜੀ, ਤੁਹਾਡੇ ਵਿਚਾਰ ਬਹੁਤ ਵਧੀਆ ਹਨ, ਤੁਸੀਂ ਬਹੁਤ ਅੱਗੇ ਤੱਕ ਵਧੋਗੇ ਜੀ, ਤੁਸੀਂ ਪਰਮਾਤਮਾ ਤੁਹਾਡਾ ਸਾਥ ਦਊਗਾ ਜੀ ਜਿਹੜੇ ਹਿਸਾਬ ਨਾਲ ਤੁਸੀਂ ਮਿਹਨਤ ਕਰ ਰਹੇ ਹੋ ਜੀ। ਹਾਂਜੀ ਟੋਨੀ, ਤੁਸੀਂ ਕੀ ਕਰ ਰਹੇ ਹੋ ਜੀ ਅੱਜ ਕੱਲ੍ਹ, ਨਾਲ ਤੁਸੀਂ ਤੁਹਾਡਾ ਪ੍ਰੋਫੈਸ਼ਨ ਕੀ ਹੈ ਜੀ, ਉਹਦੇ ਬਾਰੇ ਸਾਨੂੰ ਥੋੜ੍ਹਾ ਚਾਨਣ ਪਾਓ ਅਤੇ ਇੱਕ ਤੁਸੀਂ ਕਿਵੇਂ ਇਹਨਾਂ ਨਾਲ ਜੁੜੇ ਜੀ, ਤੁਹਾਨੂੰ ਇਹ ਕਿਵੇਂ ਮਿਲੇ ਪ੍ਰੇਮ ਜੀ, ਅਸੀਂ ਉਹਦੇ ਬਾਰੇ ਵੀ ਜਾਣਨਾ ਚਾਹਵਾਂਗੇ। ਮੈਂ ਜੀ 2-3 ਸਾਲ ਤੋਂ ਪਹਿਲਾਂ ਤੋਂ ਇਹਨਾਂ ਨਾਲ, ਇਹ ਇੱਥੇ ਚੱਕੀ ਦੇ ਚਲਾਉਂਦੇ ਹੁੰਦੇ ਸੀਗੇ, ਕੁਛ ਕਈ ਲੋਕਾਂ ਦੇ ਫਾਰਮ ਭਰਦੇ ਹੁੰਦੇ ਸੀ, ਮੈਂ ਇਹਨਾਂ ਕੋਲ ਆਉਂਦਾ ਹੁੰਦਾ ਸੀਗਾ ਅਤੇ ਇਹ ਜਦੋਂ ਫਾਰਮ ਭਰਦੇ ਸੀਗੇ ਮੈਂ ਇਹਨਾਂ ਨੂੰ ਕਹਿਣਾ ਕਿ ਇਹ ਤੁਸੀਂ ਕੀ ਕਰਦੇ ਹੋ, ਅਤੇ ਮੈਂ ਇਹਨਾਂ ਕੋਲ ਥੋੜ੍ਹਾ ਜਿਹਾ ਸਮਾਂ ਲਾ ਕੇ ਜਾਂਦਾ ਹੁੰਦਾ ਸੀਗਾ, ਇਹ ਮੈਨੂੰ ਕਹਿੰਦੇ ਹੁੰਦੇ ਕਿ ਇਹ ਸਮਾਜ ਸੇਵੀ ਕੰਮ ਆ, ਕਈ ਲੋਕਾਂ ਦੇ ਫਾਰਮ ਭਰਦੇ ਆਏ, ਵਿਧਵਾ ਦੇ ਭਰਤੇ, ਪੈਨਸ਼ਨਾਂ ਦੇ ਭਰਤੇ, ਜਾਂ ਲੋਕਾਂ ਦੇ ਪਾਸ ਬੱਸ ਪਾਸ ਬਣਾ ਤੇ ਇੱਦਾਂ ਦੇ ਸਰਕਾਰੀ ਕੁਛ ਕੰਮ ਕਰਦੇ ਸੀਗੇ। ਉਹਦੇ ਨਾਲ ਫਿਰ ਮੈਂ ਵੀ ਇਹਨਾਂ ਨੂੰ ਕਿਹਾ ਥੋੜ੍ਹਾ ਜਿਹਾ ਮੈਨੂੰ ਵੀ ਸਿਖਾਓ ਕਿ ਮੈਂ ਵੀ ਇਹ ਸੇਵਾਵਾਂ ਕਰਨੀਆਂ ਵਾਂ, ਅਤੇ ਫਿਰ ਮੈਂ ਇਹਨਾਂ ਨਾਲ ਜੁੜਿਆ ਥੋੜ੍ਹੀ ਹੌਲੀ ਹੌਲੀ ਜੁੜਨ ਨਾਲ, ਫਿਰ ਅਸੀਂ ਅੱਜ ਇਹਨਾਂ ਨਾਲ ਕਾਫੀ ਟਾਈਮ ਕੱਢ ਰਹੇ ਹਾਂ, ਜਿਵੇਂ ਕਿ ਪਾਰਟ ਟਾਈਮ ਜੋਬ ਵੀ ਕਰਦੇ ਹਾਂ, ਪਾਰਟ ਟਾਈਮ ਜਦੋਂ ਇਹ ਸਾਨੂੰ ਬੁਲਾਉਂਦੇ ਸੀ ਉਸ ਟਾਈਮ ਇਹਨਾਂ ਨਾਲ ਜਾਂਦੇ ਵੀ ਹਾਂ। ਤੁਸੀਂ ਬਲੱਡ ਡੋਨੇਟ ਵੀ ਕਰਦੇ ਰਹੇ? ਹਾਂਜੀ ਬਲੱਡ ਡੋਨੇਟ ਵੀ ਕਰਦੇ ਰਹੇ ਹਾਂ, ਅਸੀਂ ਕਾਫੀ ਜਿਵੇਂ ਕਿ ਸਾਡੀਆਂ 2-3 ਸੰਸਥਾਵਾਂ ਚੱਲਦੀਆਂ ਵਾਂ, ਕੁਛ ਕੁ ਐਨੀਮਲਸ ਦੀ ਚੱਲਦੀ ਆ, ਕੁਛ ਕਈ ਲੋਕਾਂ ਦਾ ਭਲਾ ਕਰਦੇ ਹਾਂ, ਜਿੱਦਾਂ ਦੀ ਵੀ ਕਿਤੇ ਵੀ ਕੋਈ ਪ੍ਰੋਬਲਮ ਪੈਂਦੀ ਹੈ ਜੀ ਉਹ ਹਰੇਕ ਦੇ ਨਾਲ ਕੱਢਦੇ ਹਾਂ ਮੋਗੇ ਡਿਸਟ੍ਰਿਕਟ 'ਚ। ਚਲੋ ਜੀ, ਇਹ ਸਨ ਪ੍ਰੇਮ ਸਿੰਘ ਜੀ, ਜੋ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਲੋਕ ਸੇਵਾ ਕਾਫੀ ਦਿਲੋਂ ਕਰ ਰਹੇ ਹਨ, ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਪਰਮਾਤਮਾ ਜੀ ਇਹਨਾਂ ਨੂੰ ਵੱਧ ਤੋਂ ਵੱਧ ਤਰੱਕੀ ਬਖਸ਼ਣ। ਸਤਿ ਸ਼੍ਰੀ ਅਕਾਲ ਜੀ ਪ੍ਰੇਮ ਸਿੰਘ।